ਇਹ ਟੈਲੈਂਟ ਤੁਹਾਨੂੰ ਕਦੋਂ ਦਰਿਆਫਤ ਹੋਇਆ ਕਿ ਤੁਸੀਂ ਇਹ ਕੰਮ ਕਰ ਸਕਦੇ? ਬੜਾ ਸ਼ਾਇਰਾਨਾ ਨਾਂ ਹੈ ਤੁਹਾਡਾ। ਬਸ ਨਾਂ ਹੀ ਹੈ ਖਾਲੀ। ਤੇ ਕਦੀ ਕਿਸੇ ਨੂੰ ਟੱਕ ਟੁੱਕ ਵੀ ਲੱਗਾਂਗੇ? ਕਦੋਂ ਕਟਿੰਗ ਕਰਾਣੀ ਆਏ ਹੋ? ਸਾਡੇ ਪੰਜਾਬ ਦਾ ਫਖਰ ਹੋ। ਆਸਾਨ ਕੰਮ ਨਹੀਂ ਗਾ, ਬਹੁਤ ਮੁਸ਼ਕਲ ਕੰਮ ਹੈ। ਅਸਲਾਮ ਅਲੈਕਮ ਸੱਜਣੋ ਤੇ ਮਿੱਤਰੋ ਤੇ ਬੇਲੀਓ, ਮੈਂ ਤੁਹਾਡਾ ਆਪਣਾ ਵੀਰ ਇਮਰਾਨ ਤੇ ਤੁਸੀਂ ਇਸ ਵੇਲੇ ਵੇਖ ਰਹੇ ਹੋ ਭੁਲੇਖਾ ਟੀਵੀ ਤੇ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ। ਤੇ ਇਸ ਵਕਤ ਮੈਂ ਆਪਣਿਆਂ ਵਾਂ ਅਲਾਮਾ ਇਕਬਾਲ ਟੌਨ ਤੇ ਇੱਥੇ ਇੱਕ ਬੜਾ ਮਸ਼ਹੂਰ ਸੇਰਮ ਉਹਨਾਂ ਵਾਲੀ ਦੁਕਾਨ ਹੈ ਜਿਹਦੇ ਜਿੱਥੇ ਨਾ ਬੜੇ ਬੜੇ ਵੱਡੇ ਕ੍ਰਿਕਟਰ ਆ ਕੇ ਅਤੇ ਆਪਣਾ ਸਿਰ ਮਨਵਾਉਂਦੇ, ਮੇਰਾ ਮਤਲਬ ਕਟਿੰਗ ਕਰਵਾਉਂਦੇ ਨੇ, ਜਿਹਦੇ ਵਿੱਚ ਉਮਰ ਅਕਮਲ ਹੈ, ਬਾਬਰ ਆਜ਼ਮ ਹੈ, ਹੋਰ ਵੱਡੇ ਵੱਡੇ ਨਾਂ ਹੈਗੇ ਨੇ। ਅਤੇ ਇਹ ਬੰਦਾ ਜਿਹੜਾ ਨਾ ਇਹ ਇੱਕ ਨਹੀਂ, ਦੋ ਨਹੀਂ, ਤਿੰਨ ਨਹੀਂ, ਚਾਰ ਨਹੀਂ, ਬਲਕਿ 14-14 ਕੈਂਚੀਆਂ ਨਾਲ ਸਿਰ ਮੁਣਦਾ, ਮੇਰਾ ਮਤਲਬ ਕਟਿੰਗ ਕਰਦਾ। ਅਤੇ ਆਓ ਫਿਰ ਅੱਜ ਤੁਹਾਨੂੰ ਮਿਲਾਈਏ ਆਪਣੇ ਪੰਜਾਬ ਦੇ ਉਹ ਸ਼ੇਰ ਜਵਾਨ ਨਾਲ ਜਿਹੜਾ ਇੱਕ ਨਹੀਂ, ਦੋ ਨਹੀਂ, ਚਾਰ ਨਹੀਂ, ਬਲਕਿ 14 ਕੈਂਚੀਆਂ ਨਾਲ ਕਟਿੰਗ ਕਰਦਾ। ਤੇ ਇਹ ਸਾਡੇ ਪੰਜਾਬ ਦਾ ਫਖਰ ਹੈ, ਤੇ ਆਓ ਫਿਰ ਮਿਲਾਈਏ ਤਾਂ। ਅਸਲਾਮ ਅਲੈਕਮ। ਵਾਲੇਕੁਮ ਸਲਾਮ। ਕੀ ਨਾਂ ਹੈ? ਸਾਦਕ ਅਲੀ। ਸਾਦਕ ਅਲੀ, ਤੁਸੀਂ ਇੱਕ ਨਹੀਂ, ਦੋ ਨਹੀਂ, ਤਿੰਨ ਨਹੀਂ, ਚਾਰ ਨਹੀਂ, ਬਲਕਿ ਮਾਸ਼ਾਅੱਲਾ 14-14 ਕੈਂਚੀਆਂ ਨਾਲ ਲੋਕਾਂ ਦਾ ਸਿਰ ਮੁੰਦੇ, ਮੇਰਾ ਮਤਲਬ ਕਿ ਕਟਿੰਗ ਕਰਦੇ ਹੋ। ਤੇ ਇਹ ਟੈਲੈਂਟ ਤੁਹਾਨੂੰ ਕਦੋਂ ਦਰਿਆਫਤ ਹੋਇਆ ਕਿ ਤੁਸੀਂ ਇਹ ਕੰਮ ਕਰ ਸਕਦੇ? ਇਹ ਮੈਨੂੰ 7 ਸਾਲ ਹੋ ਗਏ ਨੇ ਕਟਿੰਗ ਕਰਦੇ ਨੇ, 7 ਸਾਲ ਹੋ ਗਏ ਨੇ ਮੈਨੂੰ, 64 ਕੈਂਚੀਆਂ ਦੇ ਕਟਿੰਗ ਕਰਦੇ ਨੇ ਮੈਨੂੰ। ਅੱਛਾ, 14 ਕੈਂਚੀਆਂ ਨਾਲ ਕਿ 64 ਕੈਂਚੀਆਂ ਨਾਲ? 14 ਨਾਲ। ਅੱਛਾ, 14 ਕੈਂਚੀਆਂ ਨਾਲ। ਤੇ ਇੱਥੇ ਕਿਹੜਾ ਕਿਹੜਾ ਬੰਦਾ ਜਿਹੜਾ ਤੁਹਾਡੇ ਕੋਲ ਆਉਂਦਾ ਹੈ, ਕਿਹੜਾ ਕਿਹੜਾ ਸੈਲੀਬ੍ਰਿਟੀ ਹੈ, ਕਿਹੜਾ ਕਿਹੜਾ ਕ੍ਰਿਕਟਰ ਹੈ ਜਿਹੜਾ ਤੁਹਾਡੇ ਕੋਲ ਆਉਂਦਾ? ਇੱਥੇ ਤਕਰੀਬਨ ਕਾਫੀ ਕ੍ਰਿਕਟਰ ਇੱਥੇ ਆਉਂਦੇ ਨੇ, ਉਮਰ ਅਕਮਲ ਆਉਂਦਾ, ਕਾਮਨ ਅਕਮਲ ਆਉਂਦਾ, ਅਸਮ ਅਲੀ, ਸ਼ਰਾਫ ਖਾਨ ਆਉਂਦਾ, ਇੱਥੇ ਸਾਰੇ ਮੇਰੇ ਤੋਂ ਕਟਿੰਗ ਕਰਦੇ ਨੇ 14 ਕੈਂਚੀਆਂ ਨਾਲ। ਅੱਛਾ, 14 ਕੈਂਚੀਆਂ ਨਾਲ। ਤੇ ਕਦੀ ਕਿਸੇ ਨੂੰ ਟੱਕ ਟੁੱਕ ਵੀ ਲੱਗਾ? ਤੇ ਇੱਕ ਕੈਂਚੀ ਨਾਲ ਕਿੰਨੇ ਮਿੰਟਾਂ 'ਚ? 20 ਮਿੰਟ ਦੇ ਵਿੱਚ। 14 ਕੈਂਚੀਆਂ ਨਾਲ ਤੁਸੀਂ 5 ਮਿੰਟ 'ਚ ਕਰਦੇ ਹੋ, ਤੇ ਜਿਹੜੀ ਇੱਕ ਕੈਂਚੀ ਹੈ ਉਹਦੇ ਨਾਲ 20 ਮਿੰਟ 'ਚ? ਹਾਂਜੀ ਹਾਂਜੀ। ਤੇ 7 ਸਾਲ ਤੋਂ ਤੁਸੀਂ ਕਰ ਰਹੇ ਹੋ? ਹਾਂਜੀ। ਹੋਰ ਕੋਈ ਫਿਲਮ ਸਟਾਰ ਵੀ ਆਉਂਦੇ ਨੇ ਆਪਣੇ? ਹਾਂਜੀ ਆਉਂਦੇ ਨੇ, ਫਿਲਮ ਸਟਾਰ ਆਉਂਦੇ ਨੇ, ਸਲੀਮ ਲਵੇਲਾ ਆਉਂਦਾ ਹੈ, ਆਗਮ ਬਾਜਦ ਆਉਂਦਾ, ਅਗਰ ਕਾਫੀ ਐਕਟਰ ਆਉਂਦੇ ਨੇ ਪਰ ਜਾਂਦਾ ਹੈ। ਸਲੀਮਨ ਵੇਲੇ ਦੇ ਦੋ ਵਿਚਾਰੇ ਦੀ ਟੇਂਡੀ ਛੋਟੀ ਜੀ, ਮੂੰਹ ਹੀ ਛੋਟਾ ਜਿਹਾ, ਉਹਨਾਂ ਨਾਲ 14 ਕੈਂਚੀਆਂ ਕਿਵੇਂ ਕਰ ਲੈਂਦੇ? ਉਹਦੇ ਵਾਲ ਸਿਰ ਤੇ ਆ ਨਾ, ਵਾਲ ਤਾਂ ਸਿਰ ਤੇ ਆ ਨਾ। ਸਾਹਮਣੇ। ਵਾਲੇਕੁਮ ਸਲਾਮ। ਕੀ ਨਾਂ ਹੈ ਭਾਈ? ਗਾਲਿਬ। ਮਾਸ਼ਾ ਮਲਕ ਗਾਲਿਬ। ਬੜਾ ਸ਼ਾਇਰਾਨਾ ਨਾਂ ਹੈ ਤੁਹਾਡਾ। ਬਸ ਨਾਂ ਹੀ ਹੈ ਖਾਲੀ। ਸ਼ੇਰ ਸ਼ੁਰ ਵੀ ਪੜ੍ਹਦੇ? ਨਾ ਨਾ, ਸ਼ੇਰ ਸ਼ੁਰ ਕਿੱਥੋਂ ਆਉਣੇ ਨੇ ਸਾਨੂੰ, ਲਾਹੌਰੀਆਂ ਨੂੰ ਕਿੱਥੋਂ ਸ਼ੇਰ ਆ ਰਹੇ? ਅੱਛਾ, ਇੱਥੇ ਤੁਸੀਂ ਆਏ ਹੋ 14 ਕੈਂਚੀਆਂ ਨਾਲ ਕਟਿੰਗ ਕਰਾਉਣ, ਤੇ ਕੀ ਮਹਿਸੂਸ ਕੀਤਾ? ਭਾਜਨ, ਅਸੀਂ ਮੈਂ ਉਦੋਂ ਸਾਊਥ ਅਫਰੀਕਾ 'ਚ ਸਾਂ ਜਦੋਂ ਭਾਜਨ ਨੇ ਵੀਡੀਓ ਵੇਖੀ ਸੀ ਅੱਜ ਤੋਂ 6 ਸਾਲ ਪਹਿਲੇ, ਅਤੇ ਉੱਥੋਂ ਵੇਖ ਕੇ ਤੇ ਮੈਂ ਇੱਥੇ ਆਇਆ ਕਟਿੰਗ ਕਰਵਾਉਣ। ਸਾਊਥ ਅਫਰੀਕਾ ਤੋਂ ਕਟਿੰਗ ਕਰਾਉਣੀ ਆਏ ਹੋ? ਆਇਆ ਘਰ ਹੀ ਆਪਣੇ ਮਿਲਣ ਵਾਸਤੇ, ਲੇਕਿਨ ਮੈਂ ਜਨਾਬ ਦੀ ਵੀਡੀਓ ਦੇਖੀ ਸੀ, ਇਸ ਗੱਲੋਂ ਫਿਰ ਮੈਂ ਕਿਹਾ ਮੈਂ ਜਨਾਬ ਰਾਂਗੋ ਜਾ ਕੇ ਕਟਿੰਗ ਕਰਵਾਉਣੀ। ਕੀ ਮਹਿਸੂਸ ਕੀਤਾ ਹੈ ਆਮ ਇੱਕ ਕੈਂਚੀ ਨਾਲ ਕਟਿੰਗ ਨਾਲ 14 ਕੈਂਚੀਆਂ ਦੀ ਕਟਿੰਗ ਨਾਲ, ਕੀ ਤੁਹਾਨੂੰ ਫਰਕ ਕੀ ਲੱਭਾ ਹੈ? ਸਾਡੀ ਬੜਾ ਮੁਸ਼ਕਲ ਕੰਮ ਹੈ, ਇੱਕ ਕੈਂਚੀ ਫਾਦੇ ਵਿੱਚ ਲਾਉਣਾ ਅਤੇ 14 ਕੈਂਚੀਆਂ ਚਲਾਉਣਾ, ਇਹ ਆਸਾਨ ਕੰਮ ਨਹੀਂ ਗਾ, ਬਹੁਤ ਮੁਸ਼ਕਲ ਕੰਮ ਹੈ। ਇਹ ਤਾਂ ਜਨਾਬ ਵਾਰੀ ਮੈਂ ਤਾਂ ਖੁਦ ਹੈਰਾਨ ਹੋਇਆ, ਮੈਂ ਦੇਖੀ ਵੀਡੀਓ ਦੇਖੀ ਸੀ, ਹੁਣ ਮੈਂ ਕਰਵਾਈ ਕਟਿੰਗ, ਅਤੇ ਮੈਨੂੰ ਤਾਂ ਯਕੀਨ ਹੀ ਸੀ ਨਹੀਂ, ਮੈਂ ਕਿਹਾ ਸ਼ਾਇਦ ਨਹੀਂ ਹੁੰਦੀ, ਲੇਕਿਨ ਹੁਣ ਜਨਾਬ ਵਾਰਾਂ ਨੇ ਕਟਿੰਗ ਮੇਰੇ ਸਾਹਮਣੇ ਇੱਕ ਮੇਰੀ ਕਟਿੰਗ ਹੋਈ ਹੈ, ਅਤੇ ਮੈਂ ਹੈਰਾਨ ਹੋ ਗਿਆ। ਚਲੋ ਜੀ, ਇਹ ਤਾਂ ਸਾਡੇ ਪੰਜਾਬ ਦਾ ਫਖਰ ਨੇ ਜੀ, ਔਰ ਇਹ ਸਾਡੇ ਲਈ ਫਖਰ ਵਾਲੀ ਗੱਲ ਹੈ ਕਿ ਅਸੀਂ ਇਹਨਾਂ ਦਾ ਇੰਟਰਵਿਊ ਕਰ ਰਹੇ ਹਾਂ। ਮਿਹਰਬਾਨੀ। ਲਓ ਜੀ, ਭੈਣੋ ਅਤੇ ਭਰਾਓ, ਸੱਜਣੋ ਅਤੇ ਬੇਲੀਓ, ਇਹ ਸੀ ਸਾਡਾ ਆਪਣਾ ਸਾਦਕ ਅਲੀ, ਜਿਹੜਾ ਇੱਕ ਨਹੀਂ, ਦੋ ਨਹੀਂ, ਤਿੰਨ ਨਹੀਂ, ਬਲਕਿ 14-14 ਕੈਂਚੀਆਂ ਨਾਲ ਲੋਕਾਂ ਦੇ ਸਿਰ ਪੁੰਦਾ, ਮੇਰਾ ਮਤਲਬ ਕਟਿੰਗ ਕਰਦਾ। ਅਤੇ ਇਹਦੇ ਕੋਲ ਵੱਡੇ ਵੱਡੇ ਨਾਂ, ਵੱਡੇ ਵੱਡੇ ਸੈਲੀਬ੍ਰਿਟੀ, ਵੱਡੇ ਵੱਡੇ ਕ੍ਰਿਕਟਰ, ਬਾਬਰ ਆਜ਼ਮ, ਉਮਰ ਅਕਮਲ, ਹੋਰ ਸਲੀਮ ਅਲਬੇਲਾ, ਹੋਰ ਵੱਡੇ ਵੱਡੇ ਨਾਂ ਇੱਥੇ 14-14 ਕੈਂਚੀਆਂ ਨਾਲ ਕਟਿੰਗ ਕਰਾਉਣ ਆਉਂਦੇ ਨੇ। ਅਤੇ ਹੁਣੇ ਅਸੀਂ ਇੱਕ ਬੰਦੇ ਨਾਲ ਗੱਲਬਾਤ ਕੀਤੀ ਹੈ, ਉਹ ਸਿੱਧਾ ਸਾਊਥ ਅਫਰੀਕਾ ਤੋਂ 14 ਕੈਂਚੀਆਂ ਨਾਲ ਇੱਥੇ ਭਾਵੇਂ ਨੂੰ ਰੰਗੋ ਕਟਿੰਗ ਕਰਾਉਣ ਆਇਆ। ਅਤੇ ਇਹ ਸਾਡੇ ਪੰਜਾਬ ਦਾ ਫਖਰ ਨੇ, ਸਾਡੇ ਪੰਜਾਬ ਦਾ ਟੈਲੈਂਟ ਨੇ, ਅਤੇ ਅਸੀਂ ਇਹਨਾਂ ਨੂੰ ਸਲੂਟ ਪੇਸ਼ ਕਰਦੇ ਹਾਂ। ਅਤੇ ਆਪਣੇ ਵੀਰ ਇਮਰਾਨ ਨੂੰ ਦਿਓ ਇਜਾਜ਼ਤ। ਪਾਕਿਸਤਾਨ ਜ਼ਿੰਦਾਬਾਦ।